कांग्रेस आगुरुज कुमार बेर्का ने मजीठा समेत कुछ हलकियां दे बूथा विच दोबारा पोलिंग नु लेके सवाल चके राही इल्जाम लाया कि अकाली दल वालों वोटर नु लुबाणण पैसे बंटे जा रहे ने उधर बीजेपी दे सूबा प्रधान विजय साप्ता ने कांग्रेस ते इल्जामा नु सिरें खारिज कर दित्ता ऐसे सिर्फ झूठे आरोप तो लगाए जा सकते हैं और उल्टी से प्लानिंग भी की जा सकती है और इससे मान लेना चाहिए कि जो आरोप लगाने वाले होते हैं वो खुद ये मान चुके होते हैं कि उनका भी इसमें उनको कोई लाभ नहीं मिलने वाला है और कांग्रेस इसमें कह सकते हैं और कांग्रेस या दूसरी विपक्ष की पार्टियां और इसमें खुद ही मान रही हैं कि उनको कुछ नहीं मिलने वाला ਦੇ ਪੈਸੇ ਦੇ ਨਾਲ ਇਹ ਵੋਟਾਂ ਨੂੰ ਖਰੀਦਣਾ ਚਾਹੁੰਦੇ ਆ ਵੋਟਾਂ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਆ ਇਹ ਮੈਂ ਸਮਝਦਾ ਕਿ ਗੁੰਡਾਗਰਦੀ ਦੇ ਨਾਲ ਇਲੈਕਸ਼ਨ ਇਹ ਜਿਤਨਾ ਚਾਹੁੰਦੇ ਆ ਪ੍ਰਸ਼ਾਸਨ ਬੜਾ ਮਸਤੀਅਤ ਹੈਗਾ ਇਲੈਕਸ਼ਨ ਕਮਿਸ਼ਨ ਬਹੁਤ ਸਖਤ ਹੈਗਾ ਸਾਨੂੰ ਇਲੈਕਸ਼ਨ ਦੇ ਉੱਪਰ ਉਹ ਦੇਸ਼ ਦੇ ਕਾਨੂੰਨ ਦੇ ਉੱਪਰ ਪੂਰਾ ਭਰੋਸਾ ਹੈ ਔਰ ਇਹ ਮਝਿਠਾ ਦੀ ਰੈਲੀ ਇਲੈਕਸ਼ਨ ਹੈ 100% ਦੀ ਕਾਂਗਰਸ ਜਿੱਤੇਗੀ ਔਰ ਪੰਜਾਬ ਦੀਆਂ ਮੈਕਸਮ ਸੰਖਿਆ ਦੇ ਕਾਂਗਰਸ ਜਿੱਤਣ ਜਾ ਰਹੀ ਹੈ ਤੇ ਸਾਰੀ ਕੈਟਾਗਰੀ ਦੀਆਂ ਖਬਰਾਂ ਮਤਲਬ ਜੀ ਪੰਜਾਬ ਹਰਿਆਣਾ ਹਿਮਾਚਲ ਅਸੀਂ ਹਰ ਤਰ੍ਹਾਂ ਦੀਆਂ ਖਬਰਾਂ ਨੂੰ ਤਵਜੂ ਦਿੰਦੇ ਹਾਂ ਜੀ ਪੰਜਾਬ ਹਰਿਆਣਾ ਹਿਮਾਚਲ ਸਿਆਸਤ ਸਮਾਜਿਕ ਪੰਥਕ ਖੇਡ ਮਨੋਰੰਜਨ ਕਾਰੋਬਾਰ ਸੱਭਿਆਚਾਰਕ ਕ੍ਰਾਈਮ ਕੋ ਮੰਤਰੀ ਤੇ ਮੌਸਮ ਸਮੇਤ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਲਗਾਤਾਰ ਹਰ ਕੈਟਾਗਰੀ ਦੀਆਂ ਖਬਰਾਂ ਨਾਲ ਤੁਹਾਨੂੰ ਅਪਡੇਟ ਕਰ ਰਿਹਾ ਹੈ ਤੇ ਸਹੀ ਤੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾ ਰਹੀ ਹੈ ਇਹੋ وجہ ਹੈ ਕਿ ਇਸ ਹਫਤੇ ਦੀ TRP ਵਿੱਚ ਸਟਾਈ ਟਾਈਮ ਸਪੈਂਡ ਦੇ ਨਾਲ ਤੁਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਨੂੰ ਸਭ ਤੋਂ ਵੱਧ ਵੇਖਿਆ